ਆਪਣੀਆਂ ਮੰਗਾਂ ਨੂੰ ਲੈ ਕੇ ਆਂਗਨਵਾੜੀ ਵਰਕਰਾਂ ਨੇ ਗੁਰਦਾਸਪੁਰ ਦੇ ਹਨੂਮਾਨ ਚੌਕ ਵਿਚ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਘਰ ਅੱਗੇ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਵਰਕਰਾਂ ਨੇ 3 ਪਰਚਿਆਂ ਦਾ ਆਪਣੇ ਖੂਨ ਨਾਲ ਲਿਖਿਆ ਹੋਇਆ ਮੰਗ ਪੱਤਰ ਤਹਿਸੀਲਦਾਰ ਨਵਤੇਜ ਸਿੰਘ ਸੋਢੀ ਨੂੰ ਸੌਂਪਿਆ। ਆਂਗਨਵਾੜੀ ਵਰਕਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕੋਰੋਨਾ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਸੜਕਾਂ ਤੇ ਆਈਆਂ ਵਾ। ਸਾਨੂੰ 1-2 ਮਹੀਨੇ ਹੋ ਗਏ ਅਸੀਂ ਇਹਨਾਂ ਨੂੰ ਮੰਗ ਪੱਤਰ ਦੇ ਰਹੀ ਹਾਂ ਕਿ ਸਾਡੀ ਇਹਨਾਂ ਨੇ ਕਿਤੇ ਸੁਣਵਾਈ ਨਹੀਂ ਕੀਤੀ, ਸਾਡੇ ਮੰਗ ਪੱਤਰ ਦਾ ਕੋਈ ਜਵਾਬ ਨਹੀਂ ਦਿੱਤਾ। ਅੱਜ ਇਹਨਾਂ ਨੇ ਨਾਦਰਸ਼ਾਹੀ ਫਰਮਾਨ, ਕੱਲ ਇਹਨਾਂ ਨੇ ਪਹਿਲਾਂ ਕਿਹਾ ਸੀ 14 ਤਰੀਕ ਨੂੰ ਅਸੀਂ ਬੱਚੇ ਲਵਾਂਗੇ ਆਂਗਨਵਾੜੀ ਸੈਂਟਰਾਂ ਚੋਂ। ਕੱਲ ਇਹਨਾਂ ਨੇ ਇੱਕਦਮ ਇਹ ਫੈਸਲਾ ਕੀਤਾ ਕ੍ਰਿਸ਼ਨ ਕੁਮਾਰ ਨੇ ਕਿ ਅਸੀਂ ਕੱਲ ਨੂੰ ਹੀ 25 ਤਰੀਕ ਨੂੰ ਹੀ ਬੱਚੇ ਆਂਗਨਵਾੜੀ ਸੈਂਟਰਾਂ ਦੇ ਜਿਹੜੇ ਆਪਣੇ ਸਕੂਲਾਂ ਵਿੱਚ ਸ਼ਿਫਟ ਕਰ ਰਹੇ ਹਾਂ। ਇਹਨਾਂ ਨੇ ਆਪਣੇ ਫਾਇਦੇ ਵਾਸਤੇ ਸਾਡੇ ਹੱਕ ਖੋ ਕੇ ਆਪਣੇ ਸਕੂਲ ਬਚਾਉਣ ਵਾਸਤੇ 3-6 ਸਾਲ ਦੇ ਬੱਚੇ ਜਿਹੜੇ ਆਪਣੇ ਸਕੂਲਾਂ ਦੇ ਵਿੱਚ ਅੱਜ ਦਾਖਲਾ ਕਰਨੇ ਸ਼ੁਰੂ ਕਰ ਦਿੱਤੇ ਆ। ਇਸ ਰੋਸ ਵਜੋਂ ਅਸੀਂ ਕਾਲਾ ਦਿਨ ਮਨਾਇਆ। ਅੱਜ ਅਸੀਂ ਆਪਣੇ ਸੈਂਟਰਾਂ ਨੂੰ ਤਾਲੇ ਲਾ ਕੇ ਸੜਕਾਂ ਤੇ ਆ ਗਈਆਂ। ਇੱਕ ਪਾਸੇ ਇਹ ਸਰਕਾਰਾਂ ਕਹਿੰਦੀਆਂ ਕਿ ਅਸੀਂ ਬੇਟੀ ਪੜਾਓ ਬੇਟੀ ਬਚਾਓ ਪ੍ਰੋਗਰਾਮ ਚਲਾ ਰਹੀਆਂ, ਦੂਜੇ ਪਾਸੇ ਧੀਆਂ ਨੂੰ ਹੀ ਸੜਕਾਂ ਤੇ ਰੋਲ ਰਹੀਆਂ ਨੇ। ਇਹਨਾਂ ਨੇ ਸਾਡਾ ਜੀਣਾ ਹਰਾਮ ਕਰਤਾ, ਅਸੀਂ ਇਹਨਾਂ ਤੋਂ ਤੰਗ ਆ ਕੇ ਅੱਜ ਸੜਕਾਂ ਤੇ ਆਈਆਂ। ਜੇਕਰ ਇਹਨਾਂ ਨੇ ਅੱਜ ਵੀ ਇਹਨਾਂ ਦੇ ਕੰਨ ਨਾ ਖੁੱਲੇ ਤੇ ਅਸੀਂ ਆਪਣਾ ਸੰਘਰਸ਼ ਅੱਗੇ ਤੇਜ਼ ਕਰਾਂਗੀਆਂ। ਸਾਨੂੰ ਕੁਛ ਵੀ ਕਰਨਾ ਪਏ, ਬੇਸ਼ੱਕ ਸਾਨੂੰ ਜੇਲ੍ਹਾਂ ਵਿੱਚ ਵੀ ਡੱਕ ਦਿੰਦੇ, ਅਸੀਂ ਜੇਲ੍ਹਾਂ ਵਿੱਚ ਵੀ ਜਾਣ ਨੂੰ ਤਿਆਰ ਆ। ਕਿਸੇ ਕੀਮਤ ਦੇ ਉੱਤੇ ਆਪਾਂ ਆਪਣਾ ਹੱਕ ਨਹੀਂ ਛੱਡਾਂਗੇ। ਅੱਜ ਇਹਨਾਂ ਤੋਂ ਤੰਗ ਆ ਕੇ ਆਪਣੇ ਬਲੱਡ ਦੇ ਨਾਲ ਮੰਗ ਪੱਤਰ ਲਿਖ ਕੇ ਕ੍ਰਿਸ਼ਨ ਕੁਮਾਰ ਨੂੰ ਭੇਜ ਰਹੇ ਆ। ਕ੍ਰਿਸ਼ਨ ਕੁਮਾਰ ਤੋਂ ਤੰਗ ਆ ਕੇ ਅੱਜ ਉਹਨਾਂ ਤੋਂ ਅਸੀਂ ਇਹਨਾਂ ਦਾ ਪੁਤਲਾ ਫੂਕਿਆ ਵਾ। ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਉਧਰ ਤਹਿਸੀਲਦਾਰ ਦਾ ਕਹਿਣਾ ਹੈ ਕਿ ਵਰਕਰਾਂ ਨੇ ਮੰਗ ਪੱਤਰ ਆਪਣੇ ਖੂਨ ਨਾਲ ਕਿਉਂ ਲਿਖਿਆ ਹੈ ਇਸ ਬਾਰੇ ਉਹ ਕੁਝ ਨਹੀਂ ਜਾਣਦੇ, ਪਰੰਤੂ ਉਹਨਾਂ ਵੱਲੋਂ ਦਿੱਤਾ ਗਿਆ ਮੰਗ ਪੱਤਰ ਸਰਕਾਰ ਤੱਕ ਪਹੁੰਚਾ ਦਿੱਤਾ ਜਾਵੇਗਾ। ਮੈਂ ਆਂਗਨਵਾੜੀ ਵਰਕਰਾਂ ਕੋਲੋਂ ਮੰਗ ਪੱਤਰ ਲੈ ਲਿਆ, ਇਹ ਮੰਗ ਪੱਤਰ ਮੈਂ ਸਰਕਾਰ ਪਾਸ ਮਾਨਯੋਗ ਡੀ ਸਾਹਿਬ ਰਾਹੀਂ ਪਹੁੰਚਾ ਦਾਂਗਾ। ਇਹ ਜਿਹੜੀ ਗੱਲ ਹੈ ਜੀ, ਇਹ ਮੰਗ ਪੱਤਰ ਜਿਹਨੇ ਦਿੱਤਾ ਆਪਾਂ ਉਹਨਾਂ ਨੂੰ ਪੁੱਛ ਸਕਦੇ ਹਾਂ ਵੀ ਉਹਨਾਂ ਨੇ ਲਹੂ ਦੇ ਨਾਲ ਕਿਉਂ ਲਿਖਿਆ। ਇਹਦੇ 'ਚ ਮੇਰਾ ਕੋਈ ਕਮੈਂਟ ਨਹੀਂ ਆ, ਉਹ ਜਿਹੜੇ ਬੰਦੇ ਨੇ ਲਿਖਿਆ ਵਾ ਇਹ ਉਹਨਾਂ ਕੋਲ ਪੁੱਛ ਸਕਦੇ ਹੋ ਤੁਸੀਂ। ਮੈਂ ਸਿਰਫ ਮੰਗ ਪੱਤਰ ਬਤੌਰ ਡਿਊਟੀ ਮਜਿਸਟਰ ਲੈਣ ਆਇਆ, ਉਹ ਮੈਂ ਹਾਸਲ ਕਰ ਲਿਆ ਤੇ ਇਹ ਮੈਂ ਮਾਨਯੋਗ ਗਵਰਨਮੈਂਟ ਨੂੰ ਡੀ ਸਾਹਿਬ ਰਾਹੀਂ ਪਹੁੰਚਾ ਦਾਂਗਾ। ਗੁਰਦਾਸਪੁਰ ਤੋਂ ਰਿਸ਼ਪਾਲ ਸਿੰਘ, ਖਬਰ ਹਰਪਲ ਇੰਡੀਆ ਲਈ।